ਹਾਂਜੀ ਮਾਲਵਾ ਬੈਟਲ ਦੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਹਾਂਜੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਹਰ ਸਾਲ ਪੰਜਾਬ ਸਟੇਟ ਟੀਚਰ एलिजिबिलिटी ਟੈਸਟ ਕੰਡਕਟ ਕਰਾਇਆ ਜਾਵੇਗਾ ਹੋ ਸਕਦਾ ਹੈ ਹਜੇ ਤੱਕ ਇੱਕ ਵਾਰ ਕਰਾਇਆ ਹੁਣ ਦੋ ਵਾਰ ਵੀ ਸਾਲ ਦੇ ਵਿੱਚ ਹੋ ਸਕਦਾ 6 ਮਹੀਨੇ ਬਾਅਦ ਇੱਕ ਟੈਸਟ ਹੋਇਆ ਕਰੇਗਾ ਜਿਸ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਖਾਸ ਕਰਕੇ ਟੀਚਰਸ ਲਈ ਹੈ ਜਿਹੜੇ ਮੇਰੇ ਵੀਰ ਪ੍ਰਾਇਮਰੀ ਤੇ ਸਕੈਂਡਰੀ ਸਕੂਲਾਂ ਦੇ ਵਿੱਚ ਟੀਚਰ ਲੱਗਣਾ ਚਾਹੁੰਦੇ ਨੇ ਗਵਰਨਮੈਂਟ ਜੌਬ ਤੇ ਸੋ ਇਹ ਹੁਣ ਐਕਸਟੈਂਡ ਹੋ ਜਾਵੇਗਾ ਮਤਲਬ ਕਿ ਐਗਜ਼ਾਮ ਦੀਆਂ ਜਿਹੜੀਆਂ ਵੈਕੈਂਸੀਜ਼ ਵੀ ਜ਼ਿਆਦਾ ਵਧੀਆਂ ਵਧਣਗੀਆਂ ਇਸ ਦਾ ਕਾਰਨ ਕੀ ਹੈ ਤੁਹਾਨੂੰ ਪਤਾ ਹੈ 2024 ਦੇ ਵਿੱਚ ਤੇ 25 ਵਿੱਚ ਤੇ 26 ਵਿੱਚ ਰਿਟਾਇਰਮੈਂਟ ਰੇਟ ਵਧ ਰਹੀ ਨੇ ਤੇ ਜਿਵੇਂ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਇਹਨ ਵਾਦਾ ਕੀਤਾ ਹੈ ਮਤਲਬ ਕਿ 4 ਸਾਲ ਦੀਆਂ ਭਰਤੀਆਂ ਐਨੂਅਲ ਕਰ ਦਿੱਤੀਆਂ ਉਹ ਹੀ ਐਨੂਅਲ ਤੌਰ ਤੇ ਇਹਨੂੰ ਵੀ ਕੱਢਿਆ ਜਾਵੇਗਾ ਕਾਰਨ ਇਹ ਹੀ ਹੈ ਮੇਰੇ ਦੋਸਤੋ ਇਸ ਤੀ ਜਿਹੜੀ ਟੈਸਟ ਦੀ ਜਿਹੜੀ ਤਿਆਰੀ ਕਰਨੀ ਹੈ ਬਹੁਤ ਮੁਸ਼ਕਿਲ ਹੁੰਦੀ ਹੈ ਇਸ ਕਰਕੇ ਸਮਾਂ ਕਮ ਸੇ ਕਮ ਪੰਜ ਮਹੀਨੇ ਤਾਂ ਹਰੇਕ ਪਰਸਨ ਨੂੰ ਚਾਹੀਦੇ ਹੁੰਦੇ ਹਰੇਕ ਇਗਜ਼ਾਮ ਦੀ ਤਿਆਰੀ ਕਰਨ ਲਈ ਸੋ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹਰੇਕ ਟੀਚਰ ਲਈ ਕਿ ਉਹ ਜਲਦੀ ਤੋਂ ਜਲਦੀ ਤਿਆਰੀ ਕਰ ਲਵੇ ਨਾਲੇ ਦੂਸਰੀ ਗੱਲ ਇਹ ਹੈ ਮੇਰੇ ਦੋਸਤੋ ਵੀ ਪੰਜਾਬ ਦੇ ਜਿਹੜੇ ਹੁਣ ਜਿਹੜੇ ਡੇਟ ਆ ਗਈ ਹੈ ਐਡਮਿਟ ਕਾਰਡ ਦੀ ਜਿਨ੍ਹਾਂ ਨੇ ਨਹੀਂ ਡਾਊਨਲੋਡ ਕੀਤੇ ਜਿਨ੍ਹਾਂ ਨੇ ਭਰੇ ਹੋਏ ਆ ਉਹ ਪਲੀਜ਼ ਡਾਊਨਲੋਡ ਕਰ ਲਵੋ ਕੱਲ ਤੁਹਾਨੂੰ ਲੋਕੇਸ਼ਨਾਂ ਦਿੱਤੀਆਂ ਸੀਗੀਆਂ 9 ਤਰੀਕ ਨੂੰ ਅੱਜ 10 ਤਰੀਕ ਨੂੰ ਤੁਹਾਡੇ ਐਡਮਿਟ ਕਾਰਡ ਅਪਲੋਡ ਕਰ ਦਿੱਤੇ ਗਏ ਨੇ ਇਸ ਸਾਈਡ ਦੇ ਉੱਤੇ ਤੁਸੀਂ ਆ ਜਿਵੇਂ 3 ਡੰਡੀਆਂ ਬਣੀਆਂ ਹੋਈਆਂ ਜਿਹੜੀਆਂ ਸਾਈਡ ਤੇ ਇਸ ਤੇ ਕਲਿੱ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਉੱਥੇ ਐਡਮਿਟ ਕਾਰਡ ਦੀ অপਸ਼ਨ ਆਏਗੀ ਉਸ ਤੇ ਕਲਿੱਕ ਕਰਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਹੜੇ ਦੋਸਤਾਂ ਦੇ ਕੋਲ ਵੈਬਸਾਈਟ ਤੇ ਯੂਜ਼ਰਨੇਮ ਤੇ ਆਈਡੀ ਪਾਸਵਰਡ ਹੈ ਉਹ ਸਾਰਾ ਤੁਹਾਡੇ ਟੈਕਸਟ ਮੈਸੇਜ ਦੇ ਵਿੱਚ ਹੋਵੇਗਾ ਤੇ ਬੜੀ ਖੁਸ਼ਖਬਰੀ ਦੀ ਗੱਲ ਹੈ ਵੀ ਇਹ ਜਿਹੜੀਆਂ ਹੈਗੀਆਂ ਹਰੇਕ ਜਿਹੜਾ ਮਦਦ ਕੀ ਬੱਚਾ ਜਿਹੜਾ ਹੈਗਾ ਤਿਆਰੀ ਕਰ ਰਿਹਾ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਕਲੀਅਰ ਕਰਨ ਲਈ ਸੋ ਉਹਨਾਂ ਲਈ ਬਹੁਤ ਵਧੀਆ ਰਹੇਗਾ ਹਰ ਸਾਲ ਹੁਣ ਇਹ ਵੀ ਇਗਜ਼ਾਮ ਕੰਡਕਟ ਕਰਾਂ ਦੀ ਮਤਲਬ ਕਿ ਸੀਐਮ ਸਾਹਿਬ ਵੱਲੋਂ ਇੱਕ ਸ਼ਪਤ ਲਈ ਗਈ ਹੈ ਕਿਉਂਕਿ ਟੀਚਰਸ ਦੀ ਬਹੁਤ ਕਮੀ ਆ ਰਹੀ ਹੈ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਟੀਚਰਸ ਹੁਣ ਯੂਥ ਚਾਹੀਦੇ ਆ ਕਿਉਂਕਿ ਪੁਰਾਣੇ ਬਜ਼ੁਰਗਾਂ ਨੂੰ ਸਮਾਰਟ ਟੀਵੀ ਤੇ ਸਮਾਰਟ ਬੋਰਡਸ ਵਗੈਰਾ ਜਿਹੜੇ ਵੀ ਅੱਜ ਕੱਲ ਸਮਾਰਟ ਟੈਕਨੋਲੋਜੀ ਦੇ ਰਹੇ ਆ ਜਿਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਵਾਲੀ ਟੈਕਨੋਲੋਜੀ ਕਹਿ ਦਿੰਦੇ ਆਪਾਂ ਉਹ ਅੱਜ ਕੱਲ ਚਲਾਣੀ ਇਹਨਾਂ ਨੂੰ ਮੁਸ਼ਕਿਲ ਲੱਗਦੀ ਹੈ ਸੋ ਇਸੇ ਕਰਕੇ ਉਹਨੇ ਉਹਨਾਂ ਨੇ ਸ਼ੁਰੂ ਕਰ ਦੇਣਾ ਵੀ ਹਰ ਸਾਲ ਨਵੇਂ ਯੂਥ ਨੂੰ ਐਂਟਰ ਕੀਤਾ ਜਾਵੇ ਇਸ ਐਲੀਜੀਬਿਲਟੀ ਟੈਸਟ ਦੇ ਵਿੱਚ ਸੋ ਵੱਧ ਤੋਂ ਵੱਧ ਮੇਰੇ ਦੋਸਤੋ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰੋ ਤੇ ਉਹ ਤਿਆਰੀ ਦਿਨ ਰਾਤ ਇੱਕ ਕਰਕੇ ਕਰਨ ਤੇ ਹਜੇ ਹੁਣ 12 ਤਰੀਕ ਨੂੰ ਪਹਿਲਾ ਹੁਣ ਐਗਜ਼ਾਮ ਹੋ ਰਿਹਾ ਠੀਕ ਹੈ ਜੀ 12 ਤਰੀਕ ਦੇ ਸਵੇਰੇ ਹੋਵੇਗਾ ਪ੍ਰਾਇਮਰੀ ਵਾਲਿਆਂ ਦਾ ਤੇ ਇਸ ਦੇ ਸ਼ਾਮ ਨੂੰ ਹੋਵੇਗਾ ਸਕੈਂਡਰੀ ਵਾਲਿਆਂ ਲਈ ਠੀਕ ਹੈ ਇਹ ਤੁਹਾਡੀ एलिਜੀਬਿਲਟੀ ਹੈ ਤੁਸੀਂ ਕਿਹੜਾ ਐਗਜ਼ਾਮ ਭਰਨਾ ਹੈ ਤੇ ਤੁਸੀਂ ਕਿਸ ਦੇ ਲਈ ਤਿਆਰੀ ਕਰ ਰਹੇ ਸੀ ਜਿਵੇਂ ਕਿ ਸਾਇੰਸ ਟੀਚਰ ਹੋਗੇ ਉਰਦੂ ਦੇ ਟੀਚਰ ਹੋਗੇ ਫਿਜ਼ੀਕਲ ਟੀਚਰ ਹੋਗੇ ਜਾਂ ਹੋਮ ਸਾਇੰਸ ਟੀਚਰ ਮਤਲਬ ਹਰੇਕ ਤਰ੍ਹਾਂ ਦੀ ਲੈਂਗੁਏਜ ਦੇ ਟੀਚਰ ਜਿਹੜੇ ਮੈਥਮੈਟਿਕ ਗਏ ਸਾਰੇ ਇਹ ਭਰ ਸਕਦੇ ਆ ਤੁਹਾਨੂੰ ਪਤਾ ਹੈ ਬਾਕੀ ਆਪਾਂ ਅਗਲੀ ਵੀਡੀਓਜ਼ ਦੇ ਵਿੱਚ ਇਸ ਦੇ ਬਾਰੇ ਵੀ ਜੇ ਹੁਣੇ ਬੀਏ ਬੀਏਡੀ ਜਾਂ ਫਿਰ ਇਸ ਦੇ ਰਿਲੇਟਡ ਇਕੁਇਵੈਲੈਂਟ ਕੋਈ ਡਿਗਰੀ ਕੀਤੀ ਹੈ ਉਸ ਦੇ ਬਾਰੇ ਵੀ ਦੱਸਾਂਗੇ ਆਪਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰਿਆ ਕਰੋ ਨੋਟੀਫਿਕੇਸ਼ਨ ਔਨ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਸੋ ਠੀਕ ਹੈ ਜੀ ਅੱਜ ਜਿਹੜਾ ਹੈਗਾ ਆਪਾਂ ਮੇਨ ਜਾਣਕਾਰੀ ਇਹੀ ਦੇਣੀ ਸੀ ਵੀ ਤੁਸੀਂ ਪੇਪਰ ਜਿਹੜਾ ਹੈਗਾ ਜਿੰਨਾ ਦਾ ਪੇਪਰ 1 ਹੈ ਜਾਂ ਪੇਪਰ 2 ਹੈ ਜਿਨ੍ਹਾਂ ਨੇ ਮਤਲਬ ਭਰਿਆ ਹੋਇਆ ਸੀ ਉਹ ਕਿਰਪਾ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲੈਣ ਤਾਂ ਕਿ ਆਪਾਂ ਹੁਣ 2 ਦਿਨ ਵੈਬਸਾਈਟ ਜਿਹੜੀ ਹੈ ਕਿ ਭਾਰ ਚਲਣੀ ਹੈ ਭਾਰੀ ਚਲਣੀ ਹੈ ਜਿਸ ਕਰਕੇ ਸਮੇਂ ਸਿਰ ਆਪ ਦਾ ਜਿਹੜਾ ਡਾਊਨਲੋਡ ਕਰ ਲੈਣੀ ਤਾਂ ਤੁਹਾਨੂੰ ਪ੍ਰੋਬਲਮ ਹੋਵੇਗੀ ਬਾਕੀ ਆਇਡੈਂਟੀਫਿਕੇਸ਼ਨ ਕਾਰਡ ਜਿਹੜੀ ਹੈਗੀ ਤੁਹਾਡੀ ਆਧਾਰ ਕਾਰਡ ਜਾਂ ਫਿਰ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਕੁਝ ਵੀ ਲੈ ਕੇ ਜਾਓਗੇ ਉਸ ਦਾ ਦੇਖ ਲੈਣਾ ਲੇਟੈਸਟ ਫੋਟੋ ਲੱਗੀ ਹੈ ਕਿਉਂਕਿ ਐਂਟਰੀ ਵੇਲੇ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਪਾਸਪੋਰਟ ਸਾਹੀ ਫੋਟੋਆਂ ਵੀ ਲੈ ਕੇ ਜਾਣੀਆਂ ਜਿਹੜੀਆਂ ਲੇਟੈਸਟ ਹੋਣ ਠੀਕ ਹੈ ਜਿਹੜੇ ਕੋਲ ਨਹੀਂ ਹੈਗੇ ਉਹ ਖਿਚਾ ਸਕਦੇ ਆ ਤੇ ਦੂਸਰੀ ਗੱਲ ਜੇ ਮੇਰੇ ਵੀਰੋ ਵੀ ਇਹ ਪੇਪਰ ਬਹੁਤ ਹੀ ਮਤਲਬ ਕਿ ਆਪਦੇ ਲੋਕਲ ਸੈਂਟਰਸ ਦੇ ਵਿੱਚ ਕੀਤਾ ਜਾਂਦਾ ਤੁਹਾਨੂੰ ਪਤਾ ਹੈ ਕੰਡਕਟ ਸੋ ਸੈਂਟਰਸ ਤੁਹਾਡੇ ਨੇੜੇ-ਨੇੜੇ ਹੀ ਆਏ ਹੋਣੇ ਆ ਸੋ ਇਹ ਤਾਂ ਬਹੁਤ ਚੰਗੀ ਗੱਲ ਹੈ ਤੁਹਾਡੇ ਖੁਦ ਦੇ ਮਤਲਬ ਕਿ ਸ਼ਹਿਰ ਦੇ ਵਿੱਚ ਆਏ ਨੇ ਕੀ ਪਤਾ ਤੁਹਾਡੀ ਹੈਲਪ ਵੀ ਕਰਦੇ ਜਿਹੜੇ ਟੀਚਰ ਤੁਹਾਡੇ ਉੱਥੇ ਇੱਕ ਵਿਜੀਲੇਟਰ ਲੱਗੇ ਹੋਣਗੇ ਬਾਕੀ ਤਾਂ ਵੈਸੇ ਪੰਜਾਬ ਦੇ ਜਿਹੜੇ ਸੀਐਮਰ ਨੇ ਵੱਲੋਂ ਕਹੇ ਆ ਬੜੀ ਖਿੱਚ ਕੇ ਤੁਹਾਡੇ ਤੋਂ ਐਗਜ਼ਾਮ ਲੈ ਜਾਣਗੇ ਮਤਲਬ ਇਦਾਂ ਕੋਈ ਤੁਹਾਨੂੰ ਖ ਕੇ ਲੈ ਜਾਣਗੇ ਸੋ ਇਸੇ ਕਰਕੇ ਘਬਰਾਉਣਾ ਤੁਸੀਂ ਤੁਸੀਂ ਲੋਕਲ ਇਗਜ਼ਾਮ ਦੇਣ ਜਾਉਗੇ ਤੁਹਾਨੂੰ ਇਹ ਸ਼ੁਕਰ ਹੈ ਤੁਹਾਨੂੰ ਕੋਈ ਮਨ ਚ ਡਰ ਨਹੀਂ ਹੋਵੇਗਾ ਟਰੈਵਲਿੰਗ ਦਾ ਜਾਂ ਫਿਰ ਤੁਹਾਨੂੰ ਕਿਸੇ ਬਾਹਰਲੇ ਟੀਚਰਾਂ ਦਾ ਤੁਹਾਡੇ ਖੁਦ ਦੇ ਸ਼ਹਿਰ ਦੇ ਟੀਚਰ ਹੀ ਹੋਣਗੇ ਉੱਥੇ ਅਵੇਲੇਬਲ ਬਾਕੀ ਹੋਰ ਆਫੀਸ਼ੀਅਲਸ ਲੱਗੇ ਜਰੂਰ ਹੋਣਗੇ ਤੁਹਾਡੀ ਨਿਗਰਾਨੀ ਕੈਮਰਿਆਂ ਹਿੱਟ ਹੋਗੀ ਬਟ ਫਿਰ ਵੀ ਇੱਕ ਬੰਦੇ ਨੂੰ ਖੁਸ਼ੀ ਹੁੰਦੀ ਆ ਵੀ ਸਾਡੇ ਖੁਦ ਦੇ ਲੋਕਲ ਹੈ ਤੇ ਤੁਸੀਂ ਇਗਜ਼ਾਮ ਮੀ ਵੀ ਕਲੀਅਰ ਕਰ ਸਕਦੇ ਹੋ ਸੋ ਮੇਰੇ ਵੱਲੋਂ ਬਹੁ ਬਹੁ ਕੰਗ੍ਰੈਚੁਲੇਸ਼ਨ ਜਿਹੜੇ ਹੁਣ ਪੇਪਰ ਦੇਣ ਜਾ ਰਹੇ ਆ ਬੈਸਟ ਆਫ ਲੱਕ 12 ਤਰੀਕ ਨੂੰ ਬਾਕੀ ਜਿਹੜੇ ਹੁਣ ਨਵੇਂ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਸ ਦੇ ਰਿਲੇਟਡ ਵੀ ਨਵੀਆਂ ਖਬਰਾਂ ਆਣਗੀਆਂ ਤੁਹਾਨੂੰ ਦੱਸਾਂਗੇ ਸੋ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਥੈਂਕ ਯੂ ਜੈ ਜੇ